अमृतपाल सिंह महरू बंदी सिंह रिहाई मोर्चा चलन दिया मैं तो उद्दे विच पहुंचे हैं। पहले तो आप उन्होंने गलबात सुनने फिर आप गलबात करने मैं सुने हैं बंदी सिंह तीन जड़े इतने चंडीगढ़ जेल च ने तो उन्होंने फतेह बुलाई है सारे वो फतेह का जवाब सारे सिंह ने दिता वा तो दूजा वह कहें भी असी जो सा उत्थे बंदी खोलती है जेल चो हवाला चो बाहर आते ग्राउंड चो ले दें 12 घंटे 11 तो वह कहें जिधरों आवाज आती है नेड़े आ तो असी उधरली साइड आके बहने भी सिंह जेडे स्पीकर का मूँह मोर्चे तो जेल वाले कर दे सारे चढ़ती कला चा भाई जगतार सिंह तारा हुणां ने यही मंग की है भी साड़ी जी रिहाई आ बिना किसी शर्त तो होनी चाहिए आ। ये चीज़ों आप नहीं मानते गे ये तो कदे घुट के दी सहुं खा के कहे नशा बंद हो जू कदे सहुं खा के कहे भी बरगाड़ी वाले जिहड़ा गोलीकांड होया सी उहदा मसला हल हो जू जिहड़े राजनीतिक बंदे हुंदे इन्हां दा कोई विश्वास नहीं हुंदा तो दसवें पातशाह ने बहादुर शाह वेले भी कहा सी वी राजनीतिक बंदिआं ते कोई विश्वास नहीं हुंदा भावें उहनां दे नाल तुरे आ पर इन्हां बंदिआं दीआं गल्लां ते कोई विश्वास नहीं गा ना ये भावें सोने का बना देन पंजाब यकीन कोई नहीं हैगा जदों आउणगे उदों वेखांगे। ਪੁਆਧਾ ਮਾਲਵਾ ਮਾਝਾ ਦੁਆਬਾ ਇਹ ਮਾਇਨੇ ਨਹੀਂ ਰੱਖਦਾ ਲੜਨਾ ਤਾਂ ਮਾਝੇ ਵਾਲਿਆਂ ਨੇ ਹੀ ਆ ਕੇ ਇੱਥੇ ਠੀਕ ਆ ਤੇ ਇੱਥੇ ਸਾਰੇ ਇਕੱਠੇ ਹੋਏ ਆ ਧਰਤੀ ਕਿਤੋਂ ਦੀ ਵੀ ਹੋਵੇ ਨਦੇੜ ਤੋਂ ਤੁਰ ਕੇ ਬੰਦਾ ਸਿੰਘ ਬਹਾਦਰ ਸਰਹੰਦ ਫਤਿਹ ਕਰ ਸਕਦਾ ਤੇ ਤਰਨ ਤਾਰਨ ਕਿਤੇ ਚੰਡੀਗੜ੍ਹ ਤੋਂ ਦੂਰ ਨਹੀਂ ਹੈਗਾ ਤੇ ਇਹ ਹੋਊਗਾ ਕੰਮ ਜੋ ਮੋਰਚਾ ਹੈਗਾ। ਐਸ ਜੀ ਪੀ ਸੀ ਦੇ ਪ੍ਰਧਾਨ ਇੱਥੇ ਪਹੁੰਚਦੇ ਨੇ ਧਾਮੀ ਜੀ ਅਤੇ ਦਾਦੋਵਾਲ ਜੀ ਇੱਥੇ ਪਹੁੰਚਦੇ ਨੇ ਉਹਨਾਂ ਦਾ ਵਿਰੋਧ ਹੁੰਦਾ ਅਤੇ ਕੱਲ੍ਹ ਦੀ ਪਰਸੋਂ ਦੀ ਗੱਲ ਕਰੀਏ ਇੱਥੇ ਭਾਈ ਬਲਦੇਵ ਸਿੰਘ ਜੀ ਬਡਾਲਾ ਪਹੁੰਚਦੇ ਨੇ ਸੰਗਤ ਵੱਲੋਂ ਵਿਰੋਧ ਕੀਤਾ ਜਾਂਦਾ ਕਿਵੇਂ ਦੇਖਦੇ ਹੋ ਨੀਚੇ ਕਮੈਂਟ ਵੀ ਆਉਂਦੇ ਨੇ ਵੀ ਤਾਂ ਆਪਸ ਵਿੱਚ ਹੀ ਲੜੀ ਜਾਂਦੇ ਨੇ ਇਹਨਾਂ ਨੇ ਮੋਰਚਾ ਕੀ ਜਿੱਤਣਾ ਇਹਨਾਂ ਦੀ ਤਾਂ ਗੱਲ ਹੀ ਨਾ ਕਰੋ 328 ਰੁਪਏ ਦਾ ਹਿਸਾਬ ਦੇ ਦੇਣੇ ਇਹ ਅਤੇ ਉਹ ਬਰਗਾੜੀ ਵਾਲੇ ਮੋਰਚੇ ਦਾ ਹਿਸਾਬ ਦੇ ਦੇਣਾ ਹੈ ਨਾ ਅਤੇ ਇਹਨਾਂ ਇਹ ਹਿਸਾਬ ਇੱਥੇ ਸੋਭਦੇ ਨਹੀਂ ਇਹ ਗੱਲਾਂ ਇਹਨਾਂ ਨੂੰ ਆਉਣ ਦੇ ਤਾਂ ਸਹੀ ਬਾਹਰ ਇਹਨਾਂ ਦੇ ਵੇਖੀ ਪੁੱਛਾ ਚੁਕਾਉਂਦੇ ਜੀ। ਕੌਮੀ ਇਨਸਾਫ਼ ਮੋਰਚੇ ਦੀਆਂ ਜੋ ਤਸਵੀਰਾਂ ਨੇ ਲਗਾਤਾਰ ਤੁਹਾਡੇ ਤੱਕ ਦਿਖਾਉਂਦੇ ਹਾਂ ਅਤੇ ਜੇ ਆਪਾਂ 2 ਦਿਨ ਪਹਿਲਾਂ ਦੀ ਗੱਲ ਕਰੀਏ ਜਿੱਥੇ ਕਿ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ 'ਚ ਮੋਰਚੇ ਦੇ ਵਿੱਚ ਪਹੁੰਚੇ ਸੀਗੇ ਅਤੇ ਅੱਜ ਅੰਮ੍ਰਿਤਪਾਲ ਸਿੰਘ ਜੀ ਮਹਿਰੋਂ ਇਸ ਮੋਰਚੇ ਦੇ ਵਿੱਚ ਫਿਰ ਦੁਬਾਰਾ ਹਾਜ਼ਰੀ ਲਗਵਾਉਣ ਆਏ ਨੇ ਅਤੇ ਗੱਲਬਾਤ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੋਰਚੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਚੜ੍ਹਦੀ ਕਲਾ ਦੇ ਵੱਲ ਜਾ ਰਹੇ ਮੋਰਚਾ? ਹਾਂਜੀ ਚੜ੍ਹਦੀ ਕਲਾ ਕਿਰਪਾ ਮਹਾਰਾਜ ਦੀ। ਅੱਗੇ ਦੀ ਕਾਰਵਾਈ ਕੀ ਹੋਊਗੀ ਕਿਉਂਕਿ ਅੱਜ ਵੀ ਤੁਸੀਂ ਦੁਬਾਰਾ ਆਏ ਹੋ ਕੀ ਪ੍ਰਬੰਧਕਾਂ ਨਾਲ ਕੋਈ ਗੱਲਬਾਤ ਹੋਈ ਇਸ ਮੋਰਚੇ ਪਰ? ਨਹੀਂ ਅਸੀਂ ਅਹੁਦੇ 'ਤੇ ਇੱਥੇ ਹੀ ਹਾਂ, ਤਰੀਕ 'ਤੇ ਗਏ ਹੋਏ ਸੀ ਵਾਪਸ ਇੱਥੇ। ਵਚਨ ਕੀਤੇ ਸੀਗੇ ਵੀ ਅਸੀਂ ਜਿੰਨਾ ਚਿਰ ਮੋਰਚਾ ਚੱਲੂਗਾ ਹੱਲ ਨਹੀਂ ਹੁੰਦਾ ਉਨਾ ਚਿਰ ਅਸੀਂ ਨਹੀਂ ਤਾਂ ਸਾਡੇ ਸਿੰਘ ਆ, ਅਸੀਂ ਜਾਵਾਂਗੇ ਤਾਂ ਸਿਰਫ ਤਰੀਕਾਂ ਭੁਗਤਣੇ ਜਾਵਾਂਗੇ, ਅਸੀਂ ਤਰੀਕ ਭੁਗਤ ਕੇ ਆ ਗਏ ਹਾਂ। ਜੇ ਆਪਾਂ ਗੱਲ ਕਰੀਏ 20-25 ਦਿਨ ਹੋ ਗਏ ਮੋਰਚਾ ਲੱਗੇ ਨੂੰ, 26 ਜਨਵਰੀ ਨੂੰ ਇੱਕ ਵੱਡਾ ਰੋਸ ਮਾਰਚ ਕੱਢਿਆ ਗਿਆ ਸੀਗਾ ਸਰਕਾਰਾਂ ਦੇ ਖਿਲਾਫ਼, ਕਿਵੇਂ ਦੇਖਦੇ ਹੋ ਵੀ ਅੱਜ ਤੱਕ ਸਰਕਾਰਾਂ ਦਾ ਕੋਈ ਨੁਮਾਇੰਦਾ ਜਾਂ ਕੋਈ ਕੈਬਨਿਟ ਮੰਤਰੀ ਇੱਥੇ ਮਿਲਣ ਨਹੀਂ ਆਇਆ ਮੋਰਚੇ ਦੇ ਪ੍ਰਬੰਧਕਾਂ ਨੂੰ? ਨਹੀਂ, ਉਹ ਚੀਜ਼ ਮਾਇਨੇ ਨਹੀਂ ਰੱਖਦੀ, ਉਹਨਾਂ ਨੂੰ ਮਿਲ ਕੇ ਲੈਣਾ ਵੀ ਕੀ ਆ? ਇੱਥੇ ਤਾਂ ਸਿੰਘ ਸਿੰਘਾਂ ਨੂੰ ਮਿਲਣਗੇ ਆ ਕੇ, ਤਾਂ ਸਿੰਘਾਂ ਦੀਆਂ ਬਾਤਾਂ ਹੋਣਗੀਆਂ ਇੱਥੇ, ਹੈ ਨਾ? ਪੋਲੀਟੀਕਲ ਰਾਜਨੀਤੀ ਗੱਲਾਂ ਨਹੀਂ ਹੈਗੀਆਂ, ਉਹ ਆਪਦਾ ਉੱਥੇ ਬਹਿਣ ਜਿੱਥੇ ਬਹਿਣਾ, ਇੱਥੇ ਤਾਂ ਸਿੰਘਾਂ ਨਾਲ ਬਾਤਾਂ ਹੋਣਗੀਆਂ ਜਿਨ੍ਹਾਂ ਨੇ ਸਾਡੇ ਨਾਲ ਰਹਿਣਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨੰਗੇ ਧੜ ਹੋ ਕੇ ਕਰਨੀ ਆ ਅਤੇ ਉਹ ਹੀ ਨਿਤਰਨਗੇ ਇੱਥੇ ਰਾਜਨੀਤਿਕ ਬੰਦੇ। ਸ਼੍ਰੋਮਣੀ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਦਾ ਕੱਲ੍ਹ ਇੱਕ ਬਿਆਨ ਸਾਹਮਣੇ ਆਉਂਦਾ, ਉਹਨਾਂ ਦਾ ਕਹਿਣਾ ਵੀ 2019 ਦੇ ਵਿੱਚ ਨਰਿੰਦਰ ਮੋਦੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀਗਾ, ਉਸ ਵੇਲੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀਗਾ, ਪਰ ਲੱਗਦਾ ਨਹੀਂ ਵੀ 4 ਸਾਲ ਹੋ ਗਏ ਐਲਾਨ ਦਾ ਐਲਾਨ ਹੀ ਰਹਿ ਗਿਆ। ਇਹ ਚੀਜ਼ਾਂ ਨੂੰ ਆਪਾਂ ਨਹੀਂ ਮੰਨਦੇ ਗੇ, ਇਹ ਤਾਂ ਕਦੇ ਘੁੱਟ ਕੇ ਦੀ ਸਹੁੰ ਖਾ ਕੇ ਕਹਿਣਗੇ ਨਸ਼ਾ ਬੰਦ ਹੋ ਜੂ, ਕਦੇ ਸਹੁੰ ਖਾ ਕੇ ਕਹਿਣਗੇ ਵੀ ਬਰਗਾੜੀ ਵਾਲੇ ਜਿਹੜਾ ਗੋਲੀਕਾਂਡ ਹੋਇਆ ਸੀ ਉਹਦਾ ਮਸਲਾ ਹੱਲ ਹੋ ਜੂ। ਜਿਹੜੇ ਰਾਜਨੀਤਿਕ ਬੰਦੇ ਹੁੰਦੇ ਆ ਇਹਨਾਂ ਦਾ ਕੋਈ ਵਿਸ਼ਵਾਸ ਨਹੀਂ ਹੁੰਦਾ, ਤਾਂ ਦਸਵੇਂ ਪਾਤਸ਼ਾਹ ਨੇ ਬਹਾਦਰ ਸ਼ਾਹ ਵੇਲੇ ਵੀ ਕਿਹਾ ਸੀ ਵੀ ਰਾਜਨੀਤਿਕ ਬੰਦਿਆਂ 'ਤੇ ਕੋਈ ਵਿਸ਼ਵਾਸ ਨਹੀਂ ਹੁੰਦਾ, ਭਾਵੇਂ ਉਹਨਾਂ ਦੇ ਨਾਲ ਤੁਰੇ ਆ ਪਰ ਇਹਨਾਂ ਬੰਦਿਆਂ ਦੀਆਂ ਗੱਲਾਂ 'ਤੇ ਕੋਈ ਵਿਸ਼ਵਾਸ ਨਹੀਂ ਗਾ ਨਾ, ਇਹ ਭਾਵੇਂ ਸੋਨੇ ਦਾ ਬਣਾ ਦੇਣ ਪੰਜਾਬ ਯਕੀਨ ਕੋਈ ਨਹੀਂ ਹੈਗਾ, ਜਦੋਂ ਆਉਣਗੇ ਉਦੋਂ ਵੇਖਾਂਗੇ।
कभी एस जी पी सी के प्रधान इतने पहुँचते हैं धामी जी तो दादोवाल जी इतने पहुँचते हैं उन्होंने विरोध होंगे तो कल परसों की गल करिए इतने भाई बलदेव सिंह जी बडाला पहुँचते हैं संगत वालों विरोध किया जाता किमें देखते हो नीचे कमेंट भी आते हैं भी तो आपस में ही लड़े आते हैं इन्होंने मोर्चा की जितना नहीं लोग सियाने हुए जागरूक आ नौजवान है ना उन्होंने पता इन्होंने पहला किया कख नहीं जे ये चजते होंगे तो अंदर ही ना जाते अंदर गए से हरेक बंद ने क्राइम जो किया भुगतना ही भुगतना ना तो पर जे ये देखो मेरी उम्र 28 साल आ तो मेरी उम्र तो वध पहलो सिंह अजे भी दो तीन जिहड़े मेरी उम्र तो वध दे अंदर आ हाँ जी तो इन्हों तो इस गल का पता सी ना दादूवाल हो गया जां धामी होनी हो गए ये सुते हुए आ बंदे इन्होंने तो अपन इतने लकड़ के जवाक दे देने ना रोंद ना हसते आ ये नौजवानों ही करना पैना तो करे भी वह जे शहीदों मिले ही नहीं गए है बीपी जगीर कौर का भी कल एक बयान सामने आता कहते हैं भी सुखबीर बादल कहते नजर आ रहे हैं भी सुखबीर बादल भी शोभा नहीं दिंदी जिहड़े बंदी सिंघां दी रिहाई की गल करते हैं सुखबीर बादल इदां दे कहते नजर आ रहे ये दोवें मंद बुद्धि है इन्हां दी तां गल ही ना करो 328 रुपए का हिसाब दे देने ये तो वह बरगाड़ी वाले मोर्चे का हिसाब दे देना है ना तो इन इस हिसाब इतने शोभते नहीं गल् इन्हों आने तो सही बार इन्हें वेखी पूछा चुकाते हैं अंदर पंडाल के बैठे थे भाई दिलशेर सिंह जी जो एडवोकेट ने जगतार हर जी का केस लड़ रहे हैं स्पीच देंदे नजर आ रहे थे भी कल असं बंदी सिंह मिल के आए हैं कोई गल दसनी चाहोगे संगत को हाँ जी संगत ने सारे ने सुने बंदी सिंह तीन जड़े इतने चंडीगढ़ जेल च ने तो उन्होंने सुने फतेह बुलाई है सारे वो फतेह का जवाब सारे सिंघां ने दिता वा तो दूजा वह कहें भी असी जो सा बंदी खोलती है जेल चो हवाला चो बहर आते ग्राउंड चौन लिए देंगे आ 12 घंटे 11 तो वह कहें जिधरों आवाज आ नेड़े आ तो असी उधरली साइड आके बहने भी सिंह जिहड़े स्पीकर का मूँह मोर्चे तो जेल वाले नूं कर देण सारे चढ़दी कला चा भाई जगतार सिंह तारा हुणां ने यह भी मंग की है भी साडी जिहड़ी रिहाई आ बिना किसे शर्त तो होनी चाहिए आ जिहड़े मोहतवार बंदे मूहरे लगे आ स्टेज सामभदे आ जां मोर्चा लाउण वाले आ इह सवालां दे जवाब उहनां दे आ असी एज ए एक सेवादार आए हाँ जदों इत्थे लोड़ पई मूहरे होवांगे बस इन्ना कहीं जानते हैं भी बंदी सिंह रिहा कराने आए हैं स्टेज चाहे साधु ने लाई है तो चाहे काले चोर ने सानू चीज मतलब नहीं है साडा टारगेट बंदी सिंह रिहा कराने का असी सेवादार हाँ सेवादार होने के नाते सानू यह जंग लड़नी पैनी है तो असी तैयार बैठे हैं बस संघर्षा दे विच अगे जे गल करिए माझा माला दुआबा अक्सर संघर्षा दे विच अगे होंदे सीगे इह पुआद इलाके दे विच धरना लगे किस तरह देखते हो भी पुआद वाले नूं कोई बेनती अपने वालों नहीं जरूरी नहीं हुंदा कि ये चीज़ा नहीं जरूरी हुंदियां गियां जदों जफरनामा भेजा महाराज ने तो दो प्यारियां दे हाथ भेजा ठीक है ये वेखो भी भेजा कित्थे आ ते खड़ा कित्थे काम ठीक है पुआद आ मालवा माझा दुआबा ये मायने नहीं रखता लड़ना तो माझे वाले नहीं आ इत्थे ठीक है तो इत्थे सारे इकट्ठे होए आ धरती कितों की भी होवे नदेड़ तो तुर के बंदा सिंह बहादुर सरहंद फतेह कर सकता तो तरन तारन कित चंडीगढ़ तो दूर नहीं है तो यह होगा काम जो मोर्चा है वाहगुरु जी का खालसा वाहगुरु जी तो तस्वीर नाल देख सकते हो अमृतपाल सिंह जी महरों इस कौमी इंसाफ मोर्चे के हाजरी लगवाण पहुंचे थे तो तस्वीर नाल शेयर करते रहो इस वीडियो में जिते कि उन्हों का कहना है मोर्चा असी जित के उठांगे तो लगातार इस मोर्चे के जो हाजरी है लगवाते रहेंगे धन्यवाद जी भाई जगतार सिंह हवारा बंदी सिंह मोर्चा चलन दिया वै बिल्कुल जी बिल्कुल वैसे बंदी सिंह आप मोर्चे की आप गल करिए ना मोर्चे दे विच बड़ी हजारां दे नाल कि लखां दे हिसाब नाल लोकी उत्थे पहुंचे और लोग भी बड़े पुरजोश है बड़ा जोश जज्बा वेख्या यार आसमान नूं छू रहा आसमान नूं मतलब कि वेख के ना एक बड़ा जोश हुंदा एक बड़ा जज्बा महसूस हुंदा बिल्कुल जी बिल्कुल वैसे तुहानूं सही गल दसां वैसे अपना भी दिल करदा कि यार ਆਪਾਂ ਵੀ ਉੱਥੇ ਚਲੀਏ ਬੰਦੀ ਸਿੰਘ ਪਹੁੰਚ ਗਏ ਜੀ ਆਪਾਂ ਵੀ ਬੰਦੀ ਸਿੰਘ ਮੋਰਚੇ ਦੇ ਵਿੱਚ ਜਾਈਏ ਤੇ ਆਪਾਂ ਵੀ ਜਾ ਕੇ ਉੱਥੇ ਆਪਾਂ ਸਪੋਰਟ ਕਰੀਏ ਦੇਖੋ ਭਾਈ ਅਸੀਂ ਮੁਸਲਮਾਨ ਹਾਂ ਅਸੀਂ ਸਪੋਰਟ ਕਰਨੇ ਆ ਬਿਲਕੁਲ ਜੀ ਤੇ ਕਰਦੇ ਰਵਾਂਗੇ ਬਿਲਕੁਲ ਜੀ ਤੇ ਬਾਕੀ ਜੇਕਰ ਉੱਥੇ ਦੀ ਤੇ ਇੱਥੇ ਦੀ ਗੱਲ ਕੋਈ ਨਹੀਂ ਤੁਸੀਂ ਸਾਨੂੰ ਇੱਥੇ ਵੀ ਨਾਲ ਹੀ ਸਮਝੋ ਬਿਲਕੁਲ ਜੀ ਬਿਲਕੁਲ ਇੱਥੇ ਵੀ ਅਸੀਂ ਬੈਠੇ ਆ ਅਗਰ ਤੇ ਸਾਨੂੰ ਬੰਦੀ ਸਿੰਘ ਦੀ ਰਿਹਾਈ ਜਾਂ ਉੱਥੇ ਦੇ ਮੋਰਚੇ ਦੇ ਵਿੱਚ ਹੀ ਸਮਝੋ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਬਾਕੀ ਇੱਕ ਤੁਹਾਨੂੰ ਗੱਲ ਦੱਸਾਂ ਇਹ ਮੋਰਚਾ ਸਿਰਫ ਬੰਦੀ ਸਿੰਘਾਂ ਵਾਸਤੇ ਮੋਰਚਾ ਨਹੀਂ ਇਹ ਉੱਥੇ ਦੇ ਲੋਕਾਂ ਨੂੰ ਹਿਫਾਜ਼ਤ ਵੀ ਕਰਨਗੇ ਬਿਲਕੁਲ ਜੀ ਬਿਲਕੁਲ ਇਹ ਬੰਦੀ ਜਿਹੜਾ ਉੱਥੇ ਮੋਰਚਾ ਅੱਛਾ ਏਦਾਂ ਹੀ ਇੱਕ ਮੋਰਚਾ ਲੱਗਾ ਸੀ ਪਿੱਛੇ ਕਿਸਾਨਾਂ ਦੇ ਉੱਤੇ ਬਿਲਕੁਲ ਦਿੱਲੀ ਦੇ ਵਿੱਚ ਜਿੱਥੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਮਹਿਫੂਜ਼ ਨਹੀਂ ਸੀ ਬਿਲਕੁਲ ਜੀ ਯਾਦ ਹੈ ਕਿ ਨਹੀਂ ਯਾਦ ਹੈ ਉੱਥੇ ਜਦੋਂ ਗਏ ਸੀ ਨਾ ਇਹੋ ਹੀ ਮੋਰਚਾ ਲਾਉਣ ਸਿੱਖ
ਤੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਮਹਿਫੂਜ਼ ਹੋ ਗਈਆਂ ਸੀ। ਬਿਲਕੁਲ ਇੰਜੀ ਹੈ, ਬਿਲਕੁਲ ਇੰਜੀ ਹੈ। ਮਤਲਬ ਕਹਿੰਦਾ ਹੈ ਕਿ ਉਹ ਮੋਰਚਾ ਨਹੀਂ ਸਾਨੂੰ ਭੁੱਲਦਾ ਜਿਹਦੇ ਵਿੱਚ ਗਰੀਬ ਲੋਕ ਹੁੰਦੇ ਸੀ, ਗਰੀਬ ਲੋਕ ਆ ਕੇ ਸਵੇਰੇ ਦੁਪਹਿਰ ਸ਼ਾਮ ਆ ਕੇ ਢਿੱਡ ਭਰਦੇ ਸੀ। ਬਿਲਕੁਲ ਜੀ, ਬਿਲਕੁਲ ਲੰਗਰ ਚੱਲਦਾ ਸੀਗਾ। ਬਿਲਕੁਲ ਜੀ, ਮਤਲਬ ਕਿ ਇੱਦਾਂ ਦਾ ਮੋਰਚਾ, ਇੱਦਾਂ ਦਾ ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਕਿ ਇੱਦਾਂ ਦਾ ਕਿਤੇ ਪਾਸੇ ਹੋ ਹੀ ਨਹੀਂ ਗਾ ਸਕਦਾ। ਬਿਲਕੁਲ, ਤੇ ਹੁਣ ਚੰਡੀਗੜ੍ਹ ਜਿਹੜੇ ਪਹੁੰਚੇ ਨਾ, ਹੁਣ ਇੱਥੇ ਵੀ ਸਾਨੂੰ ਕੁਛ ਇੱਦਾਂ ਦਾ ਹੀ ਸਾਨੂੰ ਕੁਛ ਮਿਲੇਗਾ। ਬਾਈ ਜਗਤਾਰ ਸਿੰਘ ਹਵਾਰਾ ਦਾ ਇੱਕ ਪੈਗਾਮ ਸੀ, ਉਹ ਮੈਂ ਤੁਹਾਡੇ ਨਾਲ ਜ਼ਰਾ ਸ਼ੇਅਰ ਕਰਦਿਆਂ ਕਿ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਇੱਕ ਪੈਗਾਮ ਭੇਜਿਆ ਹੈ ਕਿ ਮੇਰੀ ਰਿਹਾਈ ਵਾਸਤੇ ਕਿਸੇ ਕਿਸਮ ਦੀ ਕੋਈ ਸ਼ਰਤ ਨਾ ਰੱਖੀ ਜਾਵੇ। ਕੋਈ ਸ਼ਰਤਾਂ ਸ਼ਰਤਾਂ ਦਾ ਕੋਈ ਚੱਕਰ ਨਹੀਂ ਹੈ ਕਿ ਸ਼ਰਤ ਪੁਰਾਣੀ ਸ਼ਰਤ ਲਾ ਲਓ ਤਾਂ ਫੇਰ ਹੈ, ਫੇਰ ਹੈ ਜੋਏਗਾ, ਯਾਨੀ ਕਿ ਨਹੀਂ ਭਾਈ। ਦੇਖੋ ਇਹਦਾ ਮਤਲਬ ਕੀ ਹੈ, ਭਾਈ ਜਗਤਾਰ ਸਿੰਘ ਵਾਲਾ ਨੇ ਕਿਹਾ ਕਿ ਮੈਂ ਅੰਦਰ ਹੋਵਾਂ ਜਾਂ ਬਾਹਰ ਹੋਵਾਂ, ਮੈਂ ਹੱਕ ਦੀ ਆਵਾਜ਼ ਬੁਲੰਦ ਕਰਨੀ ਕਰਨੀ। ਬਿਲਕੁਲ ਜੀ, ਬਿਲਕੁਲ, ਮੌਜੂਦਾ ਸਿਸਟਮ ਦੇ ਖਿਲਾਫ ਮੈਂ ਬੋਲਣਾ ਹੀ ਬੋਲਣਾ, ਮੌਜੂਦਾ ਸਿਸਟਮ ਦੇ ਵਿੱਚ ਰਿਹਾ ਕਿ ਗੱਲ ਸਾਰੀ ਇਹ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਅੱਜ ਅੰਦਰ ਹੈ ਤੇ ਉਹ ਮੌਜੂਦਾ ਸਿਸਟਮ ਦੇ ਖਿਲਾਫ ਚੱਲਿਆ, ਹੱਕ ਦੇ ਉੱਤੇ ਚੱਲਿਆ ਤੇ ਤਾਂ ਅੰਦਰ ਹੈ। ਬਿਲਕੁਲ ਜੀ, ਬਿਲਕੁਲ, ਉਹਦਾ ਉਹਨਾਂ ਦਾ ਮੈਸੇਜ ਵੀ ਇਹੀ ਹੈ ਕਿ ਭਾਈ ਅਸੀਂ ਇਸ ਸਿਸਟਮ ਨੂੰ ਨਹੀਂ ਮੰਨਦੇ, ਅਸੀਂ ਮੰਨਦੇ ਤੇ ਅਸੀਂ ਖਾਲਸਾ ਰਾਜ ਨੂੰ ਮੰਨਦੇ ਹਾਂ। ਬਿਲਕੁਲ ਜੀ, ਬਿਲਕੁਲ, ਜਿਹਦੇ ਵਿੱਚ ਹਰ ਇੱਕ ਚੀਜ਼ ਹੀ ਖਾਲਸ ਹੈ, ਉਹ ਇਨਸਾਫ਼। ਮੈਂ ਨਾ ਕਹਿਣ ਦਾ ਮਤਲਬ ਕੋਈ ਵੀ ਤੁਸੀਂ ਖਾਲਸਾ ਰਾਜ ਦੇ ਵਿੱਚ ਕੋਈ ਇੱਕ ਚੀਜ਼ ਦੋ ਨੰਬਰ ਦੱਸੋ ਜਿਹੜੀ ਇੱਕ ਚੀਜ਼ ਦੋ ਨੰਬਰ ਹੋਵੇ, ਕੋਈ ਵੀ ਸ਼ਾਇਦ ਦੋ ਨੰਬਰ ਨਹੀਂ ਸਾਬਤ ਕਰ ਸਕਦੇ। ਬਲਕਿ ਮੌਜੂਦਾ ਸਿਸਟਮ ਦੀ ਗੱਲ ਕਰੀਏ, ਇੱਥੇ ਤੇ ਨਾ ਇਨਸਾਫ਼ ਇੱਕ ਨੰਬਰ, ਨਾ ਇੱਥੇ ਕਾਨੂੰਨ ਇੱਕ ਨੰਬਰ, ਦੁੱਧ ਦਹੀਂ ਕੋਈ ਇੱਕ ਸ਼ਾਇਦ ਮੈਨੂੰ ਦੱਸੋ ਜਿਹੜੀ ਇੱਕ ਨੰਬਰ ਹੋਵੇ। ਸਰਦਾਰ ਜੀ ਇੱਕ ਗੱਲ ਕਹਿ ਰਹੇ ਸੀ, ਉਹ ਵੀ ਬੜੀ ਕਮਾਲ ਦੀ ਸੀ। ਉਹ ਕਹਿੰਦੇ ਕਿ ਕੋਈ ਪੋਲੀਟੀਕਲ ਪਾਰਟੀ ਸਾਨੂੰ ਆ ਕੇ ਮਿਲੇ ਜਾਂ ਨਾ ਮਿਲੇ ਸਾਨੂੰ ਕੋਈ ਫਰਕ ਨਹੀਂ ਪੈਂਦਾ, ਸਾਡਾ ਸਿਰਫ ਇੱਕ ਹੀ ਮਕਸਦ ਹੈ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਨਾ। ਯਾਰ ਕੀ ਬਾਤ ਹੈ, ਅਸੀਂ ਭਾਈ ਉਹਨਾਂ ਦੀ ਸਪੋਰਟ ਕਰ ਰਹੇ ਹਾਂ, ਇੱਥੇ ਬਹਿ ਕੇ ਵੀ ਸਪੋਰਟ ਕਰ ਰਹੇ ਹਾਂ, ਦਿੱਤ ਸਾਡਾ ਕਰਦਾ ਕਿ ਅਸੀਂ ਉੱਥੇ ਜਾਈਏ। ਬਿਲਕੁਲ ਜੀ, ਬਿਲਕੁਲ ਹਾਂਜੀ, ਜਿਹੜਾ ਮੋਰਚੇ ਦੇ ਵਿੱਚ ਬਾਕੀ ਅਸੀਂ ਸਪੋਰਟ ਕਰ ਰਹੇ ਹਾਂ ਤੇ ਕਰ ਦੇਵਾਂਗੇ, ਬਾਕੀ ਜੋ ਅਸੀਂ ਆਪਣੀ ਮੁਸਲਮਾਨੀਅਤ ਦੀ ਨਜ਼ਰ ਵਿੱਚ ਜੋ ਸਮਝਦੇ ਅਸੀਂ ਉਹ ਤੁਹਾਨੂੰ ਦੱਸ ਦਿੱਤਾ, ਬਾਕੀ ਤੁਹਾਡਾ ਕੀ ਖਿਆਲ ਹੈ, ਤੁਹਾਡੀ ਕੀ ਰਾਏ, ਉੱਥੇ ਤੱਕ ਮੈਨੂੰ ਬੋਕਸ ਲਾਜ਼ਮੀ ਦੱਸੋ। ਬਿਲਕੁਲ, ਇਸ ਆਈ ਦੀ ਵੀਡੀਓ ਮਿਲਾਂਗੇ ਤੁਹਾਨੂੰ ਆਪਣੀ ਵੀਡੀਓ ਵਾਸਤੇ, ਜਦੋਂ ਚਾਹੁੰਦੇ ਹਾਂ। ਅੱਲਾਹ ਹਾਫਿਜ਼।